200 प्लांट्स में 2200 2200 प्लांट हाँ जी इन अराउंड 900 के मीटर बोर्ड जो तो लगाया सी तो 1650 से फिर ऐसे 550 हो गया तो कितनी वैरायटी है ये देखो ये पे तो सर अराउंड 50 स्पीशीज है 50 स्पीशीज है हां जी सारी नेटिव पंजाब में सारी जड़ी है ये नेटिव है ये पंजाब में देखो कुछ नंबर का फ्लावरिंग सीजन भी आ गया अगर अंदर कई चिड़िया भी रहती हैं तो 3 महीने पहला अंकल दस दिए सुरेंद्र अंकल हां जी बीच में 4 महीने अंडे देते अच्छा सो मतलब यू वुडंट इमेजिन के ਇਦਾਂ ਦੇ ਇੰਡਸਟਰੀਅਲ ਏਰੀਆ ਦੇ ਸਾਰਾ ਕੁਝ ਮੈਨੂੰ ਉਹੀ ਉਹ ਤਾਂ ਕੰਟਰਾਸਟ ਲੱਗ ਰਿਹਾ ਹੈ ਸਹੀ ਬਾਤ ਹੈ ਮੈਨੂੰ ਉਹੀ ਉਹ ਕੰਟਰਾਸਟ ਜਿਹਾ ਲੱਗ ਰਿਹਾ ਹੈ ਵਰਲਡ ਪਾਰਟ ਹੈ ਹਾਂਜੀ ਬਹੁਤ ਬੜੀ ਆਉਂ ਵੀ ਅੰਦਰ ਇਸ ਵੇਂਸ ਕਿਸ ਦਾ ਪ੍ਰਿੰਟ ਆਲ ਦੇ ਵਿੱਚ ਇਹ ਵੀ ਜਿਹੜਾ ਫੜੀ ਹੋ ਅਭੀ ਬਹੁਤ ਹੈ ਅਭੀ ਇਹ ਵੀ ਸਾਰੇ ਡਿਫਰੈਂਟ ਆਪਣਾ ਕੀ ਕਹਿੰਦੇ ਹੈਗੇ ਟਾਈਮ ਤੇ ਵੱਧਦੇ ਹੈਗੇ ਕਦ ਦੇ ਰਹਿ ਰਹਾ ਤਾਂ ਜਿਹੜਾ ਹੈਗਾ ਜੀ ਸਭ ਡਿਫਰੈਂਟ ਹੈ ਹੁਣ ਕਿਉਂਕਿ ਉਹ ਚੱਲਦਾ ਪਿਆ ਵਿੰਟਰ ਸੀਜ਼ਨ ਆ ਰਿਹਾ ਹੈ ਜੇ ਤੁਹਾਨੂੰ ਗ੍ਰੀਨ ਦੇ ਘੱਟ ਦਿਖੀ ਜੀ ਇਹ ਸਰ ਕਦਮ ਦਾ ਬੂਟਾ ਕ੍ਰਿਸ਼ਨ ਜੀ ਦਾ ਫੋਨ ਦਾ ਇੱਕ ਕੁੱਤੀ ਦੇ ਉੱਪਰ ਹੀ ਅੱਛਾ ਇੱਕ ਫੋਨ ਦਾ ਪ੍ਰਿੰਡਾ लाइफ एक्सपेक्टेंसी जैसी गल करिए800 स्क्वायर मीटर हाँ जी सर नहीं स्क्वायर है तो अपना रेक्टेंगल ए सर ट्रेपेजियम इतना का ट्रेपेजॉइडी है आगे जा के छोटा होगा आगे चौड़ा आगे कुछ ज्यादा छोटा सो शेप ना सर इतना तो मैटर नहीं होता सर मिनिमम विड्थ जड़ी वो 5 मीटर चाहिए होती है उसके बाद बच्चे से सारा कुछ अगर डिजाइनिंग कर लेंगे क्योंकि कोई अद्दा कोई स्पेसिफिक शेप नहीं या रेक्टेंगल चलाने या इसका डेटा चलाने मतलब पूरी साढ़े को प्रोसेस हुई है कि पहले जरा सीड तो अपना नर्सरी के कटिंग्स वगैरह तो जो है नहीं 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 हां एकदम नहीं इस प्रोसेस में तो फिर जिद्दा ਤੁਸੀਂ ਦੱਸ ਰਹੇ ਬੜਾ ਟਾਈਮ ਲੱਗ ਰਿਹਾ ਹੈ ਹਾਂਜੀ ਸੋ ਹੁੰਦਾ ਕੀ ਹੈ ਕੁਝ ਸੈਪਲਿੰਗਸ ਅਸੀਂ ਆਪ ਤਿਆਰ ਕਰ ਲੈਂਦੇ ਓਕੇ ਕੁਝ ਕਿਉਂਕਿ ਸਾਡੇ ਲਾਣ ਦੀ ਸਪੀਡ ਜ਼ਿਆਦਾ ਹੈ ਹਾਂਜੀ ਅਸੀਂ ਮਹੀਨੇ ਦੇ ਲਗਭਗ 20 ਸੱਚ ਫੋਰੈਸਟ ਜਾਨੇ ਕਿ ਕਿੰਨੇ 11000 ਬੂਟੇ ਮਹੀਨੇ ਦੇ ਲਗਾ ਦਿੰਦੇ ਰੋਜ਼ ਦੇ 500 ਦੀ ਸਪੀਡ ਨਾਲ ਨਹੀਂ ਸੈਪਲਿੰਗ ਜਿਹੜੇ ਹੈ ਤੁਸੀਂ ਕੁਝ ਬਣਾਉਂਦੇ ਆ ਕੁਝ ਲੈ ਕੇ ਆਉਂਦੇ ਆ ਕੁਝ ਲੈ ਕੇ ਆਉਂਦੇ ਹਾਂਜੀ ਅਲੱਗ ਅਲੱਗ ਜਗ੍ਹਾ ਤੋਂ ਸੋਰਸ ਕਰਦੇ ਆ ਜਿਵੇਂ ਆਂਧਰਾ ਪ੍ਰਦੇਸ਼ ਆ ਦੇਹਰਾਦੂਨ ਆ ਅੱਛਾ ਸਹਾਰਨਪੁਰ ਯੂਪੀ ਚ ਹੈ ਰਾਜਸਥਾਨ ਚ ਹੈ ਇਹ ਆਪਣੇ ਇੱਥੇ ਪੰਜਾਬ ਚ ਨਹੀਂ ਹੈ ਕੋਈ ਇਹਨਾਂ ਦਾ ਪੰਜਾਬ ਚ ਪੰਜਾਬ ਵਾਲੀਆਂ ਬਣਾਉਂਦੇ ਨੇ ਨਰਸਰੀ ਵਗੈਰਾ ਜਿਹੜੀ ਹੋਈ ਹੈ ਹੈਗੀਆਂ ਪਰ ਉਹ ਚੀਜ਼ਾਂ ਕਾਮਯਾਬ ਮਤਲਬ ਉਹਨਾਂ ਦੀਆਂ ਜਿਹੜੀਆਂ ਨਾ ਔਰਨਾਮੈਂਟਲਸ ਤੇ ਜ਼ਿਆਦਾ ਧਿਆਨ ਅੱਛਾ ਦੇ ਮੋਸਟਲੀ ਹੈ ਐਗਜ਼ੋਟਿਕ ਸਪੀਸ਼ੀਜ਼ ਫਰੂਟਸ ਵੀ ਜਿਹੜੇ ਆ ਮਤਲਬ ਉਹਨਾਂ ਦਾ ਫੋਕਸ ਜਿਹੜਾ ਉਹ ਟਿੰਬਰ ਤੇ ਪ੍ਰੋਡਕਸ਼ਨ ਫੋਰੈਸਟ ਤੇ ਇਹ ਪ੍ਰੋਡਕਸ਼ਨ ਫੋਰੈਸਟ ਨਹੀਂ ਹੈਗੇ ਕੰਜ਼ਰਵੇਸ਼ਨ ਫੋਰੈਸਟ ਹੈ ਨਾ ਤਾਂ ਅਸੀਂ ਕੁਝ
ਯੀਲਡ ਨਹੀਂ ਲੈਂਦੇ ਕੁਛ ਆਪਣੇ ਆਪ ਹੀ ਨੇ ਹੁਣ ਇਹਦੇ ਵਿੱਚ ਕੁਛ ਨਹੀਂ ਕਰਨ ਦੀ ਲੋੜ ਜਿਹੜਾ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਲੇਟਰਲ ਕਿਉਂ ਵਰਟੀਕਲ ਕਿਉਂ ਵੀ ਮਿਕਸ ਹੈ ਸਰ ਜਿਹੜੇ ਸ਼ਰਬਸ ਨੇ ਹਾਂਜੀ ਉਹ ਐਡਵੈਂਚਰਸ ਰੂਟਸ ਹੁੰਦੀਆਂ ਇਹਨਾਂ ਦੀਆਂ ਜ਼ਿਆਦਾਤਰ ਤੇ ਜਿਹੜੇ ਸਿੱਧੇ ਨੇ ਜਿਵੇਂ ਸੁਹਾਂਜਣਾ ਉਹਨਾਂ ਦੀਆਂ ਟੈਪ ਰੂਟਸ ਮਿਕਸ ਸੋ ਜਿਵੇਂ ਜਿਹੜਾ ਤੁਸੀਂ ਓਰੀਜਨਲ ਕੁਐਸਚਨ ਪਹਿਲਾਂ ਪੁੱਛਿਆ ਸੀ ਉਹ ਇਹ ਸੀ ਕਿ ਜਿਵੇਂ ਇਹਦੇ ਵਿੱਚ ਕੁਛ ਸਲੋ ਗਰੋਇੰਗ ਪਲਾਂਟਸ ਨੇ ਜਿਵੇਂ ਟੱਕ ਬਹੁਤ ਸਲੋ ਗਰੋਇੰਗ ਉਹਦੀ ਏਜ ਜਿਹੜੀ ਹੈ ਉਹ ਹੁੰਦੀ ਹੈ 5,000-6,000 ਕੁਝ ਇਹਨਾਂ ਵਿੱਚੋਂ ਐਵਰਗ੍ਰੀਨ ਨੇ ਕੁਝ ਡੈਸੀਡਸ ਨੇ ਕੁਝ ਫਰੂਟ ਬੇਰਿੰਗ ਨੇ ਕੁਛ ਹੋਰ ਨੇ ਇਹ ਸਾਰਾ ਇੱਕ ਰੇਸ਼ੀਓ ਹੈ ਇਹਦੇ ਵਿੱਚ ਇੱਕ ਰੇਸ਼ੀਓ ਇਹ ਵੀ ਹੈ ਵੀ ਸਲੋ ਗਰੋਇੰਗ ਅਤੇ ਫਾਸਟ ਗਰੋਇੰਗ ਕਿਹੜੀਆਂ ਨੇ ਸੋ ਐਂਡ ਵਿੱਚ ਜਦੋਂ ਲੈਟ ਅਸ ਸੇ ਆਫਟਰ 500 ਈਅਰਸ ਔਰ 200 ਈਅਰਸ ਉਹਨਾਂ ਨੇ ਐਮਰਜੈਂਟ ਲੇਅਰ ਬਣ ਕੇ ਉਕਲਣਾ ਇਹਨਾਂ ਨੇ ਆਪਣਾ ਕੰਮ ਕਰਨਾ ਖਤਮ ਹੋ ਜਾਣਾ ਇੱਦਾਂ ਚੱਲੀ ਜਾਏਗਾ ਇਹਨਾਂ ਦਾ ਸਾਈਜ਼ ਪਰ ਇੱਦਾਂ ਵੀ ਇੱਕ ਸਾਈਕਲ ਸ਼ੁਰੂ ਹੋ ਜਾਂਦਾ ਸੋ ਵਟ ਵੀ ਸੇ ਲੋਕੀ ਕਹਿੰਦੇ ਸਿਉਂਕ ਆ ਗਈ ਆ ਗਿਆ ਉਹ ਆ ਗਿਆ ਅਸੀਂ ਕਹਿੰਦੇ ਯੂ ਆਰ ਹੈਪੀ ਵੀ ਆਰ ਹੈਪੀ ਕਿ ਸਿਉਂਕ ਆ ਗਈ ਆਪਣੇ ਆਪ ਆ ਜਾਏਗੀ ਡਰੈਗਨ ਫਲਾਈ ਇੱਕ ਦਿਨ ਦੇ ਲਗਭਗ 1,000-1,200 ਮੱਛਰ ਆਪਣੇ ਆਪ ਆ ਜਾਏਗੀ ਫਿਰ ਉਹਨੂੰ ਖਾਣ ਡਰੈਗਨ ਫਲਾਈਜ਼ ਖਾਣ ਨੂੰ ਚਿੜੀਆਂ ਆ ਜਾਂਦੀਆਂ ਚਿੜੀਆਂ ਆ ਜਾਂਦੀਆਂ ਜੇ ਸਿਉਂਕ ਘਟਾਤੀ ਸਭ ਕੁਝ ਹਿੱਲ ਜਾਣਾ ਸਭ ਕੁਝ ਹਿੱਲ ਜਾਣਾ ਚਿੜੀਆਂ ਨਹੀਂ ਆਉਣੀ ਬੈਲੈਂਸ ਤੇ ਜਿੱਥੇ ਜਿੱਥੇ ਸਰ ਜੇ ਤੁਸੀਂ ਟਰੈਕਿੰਗ ਵਗੈਰਾ ਜਾਂ ਇੱਦਾਂ ਜੰਗਲ ਵਿੱਚ ਰਹਿਣਾ ਸਿੱਖਣ ਜਾਂਦੇ ਨਾ ਉਹ ਬੰਦੇ ਸਿਖਾਉਂਦੇ ਵੀ ਜਿੱਥੇ ਜਿਹੜੇ ਪੇੜ ਤੇ ਕੀੜੇ ਵਗੈਰਾ ਹੋਣ ਉਦੋਂ ਫਰੂਟ ਖਾਣਾ ਮੰਨਿਆ ਜਾਂਦਾ ਉਦੋਂ ਤੁਸੀਂ ਸੇਫਲੀ ਖਾ ਸਕਦੇ ਹੋ ਕਿਉਂਕਿ ਉਹ 'ਚ ਕੋਈ ਜ਼ਹਿਰ ਨਹੀਂ ਕੀੜਾ ਖਾ ਰਿਹਾ ਤਾਂ ਸਭ ਹਮ ਵੀ ਖਾ ਸਕਦੇ ਹਾਂ ਸੋ ਇਹਦਾ ਮਤਲਬ ਇੱਥੇ ਜੇ ਕੀੜੇ ਵਗੈਰਾ ਆ ਰਹੇ ਆ ਤਾਂ ਕੋਈ ਜ਼ਹਿਰ ਜ਼ੂਰ ਇਹਦੇ ਵਿੱਚ ਅਸੀਂ ਨਹੀਂ ਪਾਉਂਦੇ ਸੋ ਤੁਸੀਂ ਇੱਥੇ ਦੇਖੋ ਵੀ ਇਹਦੇ ਵਿੱਚ ਆਕਸੀਜਨ ਦੀ ਡੈਂਸਿਟੀ ਕਿੰਨੀ ਹੈ ਮੇਨ ਲੋਕਾਂ ਦਾ ਆਉਂਦਾ ਵੀ ਤੁਸੀਂ ਵੱਡੇ ਵੱਡੇ ਪੇੜ ਕਰਦੇ ਹੈਗੇ ਆ ਮੋਨੀਟਰ ਵਗੈਰਾ ਕਰਦੇ ਹੋ ਤੇ ਮੋਨੀਟਰਿੰਗ ਦਾ ਐਕਸਪੈਰੀਮੈਂਟੇਸ਼ਨ ਵਗੈਰਾ ਇਸ ਤਰ੍ਹਾਂ 3 ਮੰਥਸ ਜਿਆਦਾ ਬੇਸ ਕੁਛ ਇਸ ਤਰ੍ਹਾਂ ਹੈ ਅੱਛਾ ਡੇਲੀ 3 ਮੰਥਸ ਅਸੀਂ ਦੇਖਦੇ ਆ ਫਰ ਸਟਾਰਟਿੰਗ ਮਤਲਬ 1 ਸਾਲ ਦੇਖਦੇ ਰਹਿੰਦੇ ਜਦੋਂ ਸਾਨੂੰ ਲੱਗੇ ਵੀ ਹਾਂ ਵੀ ਇਹਦੀ ਟੇਕ ਕੇਅਰ ਵਧੀਆ ਹੋ ਰਹੀ ਹੈ ਪੋਸਟ ਜਿਹੜੇ ਨੇ ਉਹ ਇਹਨਾਂ ਨਾਲ ਪੋਸਟ ਦਾ ਜਿਹੜਾ ਜਿਹਦੇ ਜ਼ਮੀਨ ਆ ਉਹਦੇ ਨਾਲ ਇਹਦਾ ਪਿਆਰ ਪੈ ਗਿਆ ਅਤੇ ਫਿਰ ਅਸੀਂ ਉਹਦੇ ਹਵਾਲੇ ਕਰਕੇ ਫਿਰ ਅਸੀਂ ਅੱਗੇ ਪ੍ਰੋਜੈਕਟਸ ਲੱਗ ਜਾਂਦੇ ਸਾਡੀ ਟੀਮ ਸਿਰਫ ਛੋਟੀ ਹੈ 12-13 ਜਣੇ ਹੀ ਆ ਸੀ ਨਹੀਂ 12-13 ਜਣੇ ਜਿਹੜੇ ਕਮਿੰਡੇ ਲਈ ਕੰਮ ਕਰ ਰਹੇ ਹੈਗੇ ਜੀ ਗੱਲ ਇਹ ਵੀ ਹੁੰਦੀ ਕਿ ਕਿੰਨੇ ਜਣੇ ਕੰਮ ਕਰ ਰਹੇ ਨੇ ਗੱਲ ਇਹ ਹੈ ਕਿ ਕੰਮ ਕੀ ਕਰ ਰਹੇ ਹੈਗੇ ਉਹ ਜ਼ਿਆਦਾ ਇੰਪੋਰਟੈਂਟ ਲਾਸਟ ਮੰਥ ਸਰ ਅਸੀਂ ਆਪਣਾ 100 ਫੋਰੈਸਟ ਲਾਇਆ ਇਸ ਫਾਈਨੈਂਸ਼ੀਅਲ ਈਅਰ ਦਾ ਅੱਛਾ ਵੈਰੀ ਗੁੱਡ ਬਹੁਤ ਬੜਿਆ ਇਸ ਸਾਲ ਅਸੀਂ ਅੱਜ ਤੱਕ ਟਿਲ ਟੂਡੇ 129 ਕਰ ਲਏ ਤੇ ਸਾਰੇ ਪੰਜਾਬ 'ਚ ਹੀ ਹੈ ਕਿ ਕਿਤੇ ਹੋਰ ਵੀ ਸਪਰੈਡ ਹੋ ਰਿਹਾ ਕੀਤਾ ਤੁਸੀਂ ਇਸ ਸਾਲ ਤਾਂ ਪੰਜਾਬ 'ਚ ਹੀ ਲਾਇਆ ਪੰਜਾਬ ਤੋਂ ਬਾਹਰ ਨਹੀਂ ਪੰਜਾਬ 'ਚ ਬਾਹਰ ਕੱਢ ਕੇ ਲੈ ਕੇ ਜਾਣਾ ਚਾਹੁੰਦਾ ਮੈਂ ਮੇਰੇ ਆਉਣ ਦਾ ਮਕਸਦ ਇਹ ਹੈ ਕਿ ਮੈਂ ਇਹ ਚਾਹੁੰਦਾ ਹਾਂ ਕਿ ਕਿਤੇ ਨਾ ਕਿਤੇ ਅਗਰ ਅਸੀਂ ਕੁਛ ਨਾ ਕੁਛ ਹਾਲ ਤੱਕ ਤਾਂ ਦੇਖੋ ਸਪਰੈਡ ਕੀਤਾ ਨਹੀਂ ਆਈਡੀਆ ਜਿਹੜਾ ਹੈ ਸਰ ਮਹਾਰਾਸ਼ਟਰ ਗੁਜਰਾਤ ਨਹੀਂ ਮੈਂ ਤਾਂ ਇਹਦੀ ਕੁਛ ਹੋਰ ਸੋਚ ਰਿਹਾ ਹੈਗਾ ਕਿ ਇਹਨੂੰ ਅਰਬਨ ਏਰੀਆ ਦੇ ਵਿੱਚ ਇਸ ਤਰ੍ਹਾਂ ਹੈ ਦਿੱਲੀ ਹੈ ਦਿੱਲੀ 'ਚ ਬੜੀ ਦਿੱਲੀ 'ਚ ਬੜੀ ਜਗ੍ਹਾ ਪਈ ਹੈ ਸਕੂਲ ਹੈ ਮੈਂ ਤੁਹਾਨੂੰ ਦੱਸਾਂ ਇਸ ਤਰ੍ਹਾਂ ਜਿਹੜਾ ਸਕੂਲ ਹੈ ਸਕੂਲ ਦੇ ਵਿੱਚ ਅਸੀਂ ਉਹਨੇ ਲਗਾਇਆ ਸੀ ਆਪਣਾ ਬੁੱਕ ਨਰਸ ਕਰਕੇ ਜਿਹੜੇ ਹੈ 10-12 ਸਕੂਲ ਤਾਂ ਨਵੀਂ ਵਿਜ਼ਿਟ ਕੀਤੇ ਹਨ ਕੁਛ ਵੀ ਨਹੀਂ ਸਿੰਪਲ ਇੱਕ ਹਟਕੀ ਬਣੀ ਹੋਈ ਉਹ ਅਸੀਂ ਡੰਡਾ ਗੜ ਲਈ ਦਾ ਹੈਗਾ ਜਿਹੜਾ ਹੈ ਔਰ ਉਹਦੇ 'ਚ
ਹਟਲੀ ਸ਼ੇਪ ਦਾ ਹੈ ਤੇ ਉਹਦੇ ਚ এনवायरमेंट ਰਿਲੇਟਡ ਜਿੰਨੀਆਂ ਵੀ ਸਸਟੇਨੇਬਿਲਟੀ ਹੈ ਪੋਲੂਸ਼ਨ ਉਹੀ ਮੈਂ ਸੋਚਦਾ ਸੀ ਜਿਵੇਂ ਨਾ ਅਸੀਂ ਹੁਣ ਵੱਡੇ ਪ੍ਰੋਜੈਕਟ ਕਰ ਰਹੇ ਹਾਂ ਉਹਨੇ ਕਿੱਥੇ ਫੈਕਟਰੀ ਹੈ ਬਿਲਕੁਲ ਨੇੜੇ ਹੀ ਆਪਣੇ ਅੱਜ ਦੇ ਲੈਂਡ ਪ੍ਰੋਪਰੇਸ਼ਨ ਦਾ ਕੰਮ ਸ਼ੁਰੂ ਹੋਣਾ ਇੱਕ ਇੱਦਾਂ ਦਾ ਸੈਟਅਪ ਉੱਥੇ ਵੀ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਜਿਸ ਤਰ੍ਹਾਂ ਇੱਥੇ ਹੀ ਰਖਵਾਇਆ ਜਾ ਸਕਦਾ ਹੈਗਾ ਇਹ ਜ਼ਰੂਰੀ ਨਹੀਂ ਹੈ ਕਿ এনवायरमेंट ਦੀ ਕਿਤਾਬਾਂ ਰੱਖਣੀ ਹੈਗੀ ਉੱਥੇ ਕੁਛ ਵੀ ਆਪਣਾ ਸੈਲਫ ਡਿਵੈਲਪਮੈਂਟ ਲਈ ਪਰਸਨੈਲਿਟੀ ਡਿਵੈਲਪਮੈਂਟ ਲਈ ਸਭੀ ਚੀਜ਼ਾਂ ਰੱਖੀਆਂ ਜਾ ਸਕਦੀਆਂ ਡਿਪੈਂਡਿੰਗ ਔਨ ਆਡੀਅੰਸ ਸਿਟਿੰਗ ਸਪੇਸ ਹੈ ਬੰਦਾ ਬੈਠ ਕੇ ਬੰਦਾ ਆਵੇ ਇੱਥੇ ਖਾਣਾ ਖਾਣਾ ਖਾਵੇ ਨਾਲ ਆਪਣਾ ਕਿਤਾਬ ਰਸਾਲੇ ਚੁੱਕ ਕੇ ਪੜ੍ਹੇ ਅਤੇ ਆਪਣਾ ਉੱਥੇ ਹੀ ਵਾਪਸ ਰਿਪਲੇਸ ਕਰੇਗਾ ਕਿਉਂਕਿ ਦੇਖਿਆ ਸੀ ਯੂਰਪ 'ਚ ਦੇਖਿਆ ਸੀ ਕੰਟਰੀ ਦੇ ਵਿੱਚ ਏਸ਼ੀਆ ਦੇ ਵਿੱਚ ਜਿਹੜਾ ਮੈਨੂੰ ਬੜਾ ਚੰਗਾ ਲੱਗਿਆ ਸੀ ਪੇਮੈਂਟ ਬਾਗ ਬਣਿਆ ਹੋਇਆ ਸੀ ਨਾਲ ਉਹਦੇ ਬੈਠਣ ਦੀ ਜਗ੍ਹਾ ਹੋਈ ਸੀ ਅਤੇ ਨਾਲ ਹੀ ਉਹਨਾਂ ਨੇ ਉਹ ਲਾਏ ਹੋਏ ਸੀ ਅਤੇ ਲੋਕ ਆਉਂਦੇ ਸੀ ਉੱਥੋਂ ਖਿੱਚਦੇ ਸੀ ਪੜ੍ਹਦੇ ਸੀ ਰੱਖ ਦਿੰਦੇ ਸੀ ਉਹ ਕੁਛ ਤਾਂ ਆਪਣੇ ਘਰੋਂ ਵੀ ਲੈ ਕੇ ਆਉਂਦੇ ਸੀ ਜਿਹੜੇ ਹੈ ਕਿਉਂਕਿ ਮੈਗਜ਼ੀਨ ਇੱਕ ਵਾਰੀ ਪੜ੍ਹ ਕੇ ਕਿਤਾਬ ਪੜ੍ਹ ਕੇ ਉਹ ਤਕਰੀਬਨ ਦੁਬਾਰਾ ਨਹੀਂ ਪੜ੍ਹੀ ਜਾਂਦੀ ਸੀ ਕਿਉਂਕਿ ਇੰਨੀ ਬੈਟਰ ਇਹ ਹੈ ਕਿ ਉਹਨੂੰ ਤੁਸੀਂ ਸ਼ੇਅਰ ਕਰੋ ਬਾਕੀਆਂ ਨਾਲ ਉੱਥੇ ਰੱਖ ਦਿੰਦੇ ਸੀ ਆਈਡੀਆ ਤਾਂ ਹੈ ਬਾਕੀ ਰੈਜ਼ੀਲੀਅੰਸ ਦੀ ਗੱਲ ਦੱਸਾਂ ਜਦੋਂ ਇਹ ਦੀਵਾਰ ਬਣਾਈ ਸੀ ਜਿਹੜੀ ਇਹਨਾਂ ਨੇ ਜਦੋਂ ਬਣੀ ਇਹਦੇ ਉੱਤੇ ਡਿੱਗੀ ਮੀਂਹ ਮੂੰਹ ਆ ਗਿਆ ਕਾਫੀ ਕੋਲਾ ਬਾਲਿਆ ਉੱਥੇ ਜਾ ਕੇ ਉਹਨੂੰ ਜਿਹੜਾ ਹੈ ਨਹੀਂ ਇੱਥੇ ਕੁਛ ਨਾ ਕੁਛ ਉਹਦਾ ਹੋਣਾ ਚਾਹੀਦਾ ਸੀ ਅਸੀਂ ਕੈਂਪੇਨ ਚਲਾਇਆ ਸੀ ਦੋਨਾਂ ਨੇ ਮਿਲ ਕੇ ਜਿਹੜਾ ਹੈ 50,000 ਦਾ ਟੀਚਾ ਬਣਿਆ ਸੀ ਅਸੀਂ ਫਾਰਮਰਸ ਨੂੰ ਰੀਚ ਆਊਟ ਕਰਨ ਦਾ ਕਿੰਨੇ ਕਰ ਚੁੱਕੇ ਹੋ ਤਾਂ ਦੱਸਣਗੇ ਇਹਨਾਂ ਦੀ ਰਿਪੋਰਟ ਹੋਣੀ ਜਿਹੜਾ ਹੈ ਹਾਲੇ ਫਾਈਨਲਾਈਜ਼ ਕਰ ਰਹੇ ਹਾਂ ਰਿਪੋਰਟ ਆਪਣੀ ਹੈ ਅਤੇ ਪ੍ਰੋਗਰਾਮ ਇਹ ਸੀ ਕਿ ਪਹਿਲਾਂ ਤਾਂ ਪੈਡੀ